ਏਬੀਸੀ ਬੁਲੇਟਿਨ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। ਦੇਸ਼ ਦਾ ਨਵਾਂ ਸੰਸਦ ਭਵਨ ਤਿਆਰ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤਾ ਉਦਗਾਟਨ, ਪ੍ਰਧਾਨ ਮੰਤਰੀ ਨੇ ਕਿਹਾ ਸਮੇਂ ਦੀ ਸੀਮਾ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀਆਂ ਸੂਬਾ ਸਰਕਾਰਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਗੱਲਬਾਤ। ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤਿੰਦਰ ਜੈਨ ਦਾ ਹਸਪਤਾਲ 'ਚ ਜਾ ਕੇ ਪੁੱਛਿਆ ਹਾਲ-ਚਾਲ। ਬਜਰੰਗਪੁਰੀਆ, ਵਿਨੇਸ਼ ਪੁਗਾਟ, ਸਗੀਤਾ ਫਲਾ ਫਰਗਾਰ ਦਸਾਖਸ਼ੀ ਮਲਕਸਬੇਦ ਕਈ ਖਿਡਾਰੀ ਦਿੱਲੀ ਪੁਲਿਸ ਦੀ ਹਿਰਾਸਤ ਚ ਪੰਜਾਬ ਚ ਬਿਲੀਬੋਰਡ ਦੇ ਕਰਮਚਾਰੀਆਂ ਨੂੰ ਰਾਹਤ ਬਿਲੀ ਮੰਤਰੀ ਫਰਪੰਜਨ ਸਿੰਘ ਈਟੀਓ ਨੇ ਕੀਤਾ ਐਲਾਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਐਂਟੀ ਕ੍ਰਪਸ਼ਨ ਮਹਿੰਮ ਤਹਿਤ 2 ਲੱਖ 30 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪੁੱਜੀਆਂ ਹੁਣ ਖਬਰਾਂ ਵਿਸਤਾਰ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਨੂੰ ਨਵਾਂ ਸੰਸਦ ਭਵਨ ਸਮਰਪਿਤ ਕਰ ਦਿੱਤਾ ਹੈ ਉਦਘਾਟਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੇਦੀ ਮੰਗ ਸੀ ਅਤੇ ਸਾਰੇ ਭਾਰਤੀਆਂ ਨੂੰ ਲੋਕਤੰਤਰ ਇਸ ਅਹਿਮ ਪੱਲੇ ਬਹੁਤ-ਬਹੁਤ ਵਧਾਈ। ਉਹਨਾਂ ਨੇ ਕਿਹਾ ਕਿ ਇਹ ਸਿਰਫ ਇੱਕ ਭਵਨ ਹੀ ਨਹੀਂ ਹੈ ਬਲਕਿ 140 ਕਰੋੜ ਭਾਰਤ ਵਾਸੀਆਂ ਦੀਆਂ ਉਮੀਦਾਂ ਅਤੇ ਸੁਪਨਿਆਂ ਦਾ ਇੱਕ ਉਹ ਚਿੰਨ ਹੈ। ਉਹਨਾਂ ਨੇ ਕਿਹਾ ਕਿ ਨਵੇਂ ਭਵਨ ਵਿਕਸਿਤ ਭਾਰਤ ਦੇ ਸੰਕਲਪਾਂ ਦੀ ਸਿੱਧੀ ਨੂੰ ਹੁੰਦੇ ਹੋਏ ਦੇਖੇਗਾ। ਉਹਨਾਂ ਨੇ ਕਿਹਾ ਕਿ ਨਵਾਂ ਸੰਸਦ ਭਵਨ ਯੋਜਨਾ ਦੇ ਨਾਲ ਨੀਤੀ ਨੂੰ ਨਿਰਮਾਣ ਅਤੇ ਸੰਕਲਪ ਨੂੰ ਸ੍ਰਿਦੀ ਨਾਲ ਜੋੜਨ ਵਾਲੀ ਅਹਿਮ ਕੜੀ ਸਾਬਤ ਹੋਏਗਾ ਨਵਾਂ ਭਵਨ ਸਵਤੰਤਰਤਾ ਸਨਾਨੀਆਂ ਦੇ ਸੁਪਨਿਆਂ ਨੂੰ ਸਕਾਰ ਕਰਨੇ ਅਤੇ ਉਹਨਾਂ ਦਾ ਆਧਾਰ ਬਣੇਗਾ ਨਵਾਂ ਭਵਨ ਆਤਮ ਨਿਰਭਰ ਭਾਰਤ ਦੇ ਨਵੇਂ ਸੂਰਜ ਨਾਲ ਇੱਕ ਨਵਾਂ ਗਵਾਹ ਬਣੇਗਾ ਨਵਾਂ ਭਵਨ ਨੂਤਨ ਅਤੇ ਪ੍ਰਾਤਨ ਦੇ ਇੱਕ ਸਹਿ ਦਾ ਉਹ ਪਾਲ ਨੇ ਜੋ ਦੇਸ਼ ਲਈ ਇੱਕ ਆਦਰਸ਼ ਬਣੇਗਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਇੱਕ ਲੋਕਤੰਤਰਕ ਰਾਸ਼ਟਰੀ ਨਹੀਂ ਬਲਕਿ ਮਦਰ ਆਫ ਡੈਮੋਕ੍ਰੇਸੀ ਵੀ ਹੈ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦੇ ਹੋਏ ਕਿ ਇਸ ਸਮੇਂ ਦੀ ਮੰਗ ਸੀ ਨਵੀਂ ਸੰਸਦ ਦੀ ਨਵੀਂ ਨਿਰਮਾਣ ਦਾ ਜਿਹੜਾ ਕਾਰਜ ਕੀਤਾਗਾ ਬੈਨੂੰ ਖੁਸ਼ੀ ਬਹੁਤ ਹੋ ਰਹੀ ਹੈ ਔਰ ਇਸ ਜਿਹੜਾ ਨਵਾਂ ਭਵਨ ਬਣਿਆ ਹੈ ਇਹਦੇ ਚ ਆਧੁਨਿਕ ਸਹੂਲਤਾਂ ਦੇ ਨਾਲ ਇਹਨੂੰ ਤਿਆਰ ਕੀਤਾ ਗਿਆ ਇਸ ਸਮੇਂ ਇਸ ਨੂੰ ਹਾਲ ਵਿੱਚ ਸੂਰਜ ਦਾ ਪ੍ਰਕਾਸ਼ ਸਿੱਧੇ ਤੌਰ ਤੇ ਉਹਦੀਆਂ ਰੁਸ਼ਨੀ ਜਾਂ ਕਿਰਨਾਂ ਪਹੁੰਚਣ ਗਿਆ ਬਿਜਲੀ ਦਾ ਵੀ ਘੱਟ ਖਰਚਾ ਹੋਏਗਾ ਤੇ ਹਰ ਤਰ੍ਹਾਂ ਦਾ ਇੱਕ ਲੇਟੈਸਟ ਇਹਦੇ ਚ ਜਿਹੜੇ ਗੈਜਟ ਨੇ ਉਹਨਾਂ ਉਹਨਾਂ ਨੂੰ ਇਸ ਭਵਨ ਦੇ ਵਿੱਚ ਜਾਂ ਇਸ ਨਵੇਂ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਮੈਂਬਰਾਂ ਵਾਸਤੇ ਪ੍ਰਬੰਧ ਕੀਤੇ ਗਏ ਨੇ ਸੰਸਦ ਭਵਨ ਨੇ 60000 ਤੋਂ ਜਿਹੜੇ ਮਜ਼ਦੂਰ ਸੀ ਉਹਨਾਂ ਨੂੰ ਰੋਜ਼ਗਾਰ ਦੇਣ ਦਾ ਕੰਮ ਕੀਤਾਗਾ ਉਹਨਾਂ ਨੇ ਆਪਣਾ ਇਥੇ ਪਸੀਨਾ ਵਹਾਇਆ ਉਹਨਾਂ ਇਹ ਵੀ ਕਹਾਂਗਾ ਔਰ ਇਹਨਾਂ ਦੇ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਇੱਕ ਸਮਰਪਤ ਇੱਕ ਡਿਜੀਟਲ ਗੈਲਰੀ ਵੀ ਬਣਾਈ ਗਈ ਹੈ ਵਿਸ਼ਪ ਚ ਜੇ ਪਹਿਲੀ ਵਾਰ ਹੋਇਆ ਹੋਵੇਗਾ ਇਹ ਵੀ ਉਹਨਾਂ ਕਹਾਂਗੇ ਸੰਸਦ ਦੇ ਨਿਰਮਾਨ ਵਿੱਚ ਉਹਨਾਂ ਦਾ ਯੋਗਦਾਨ ਵੀ ਅਮਰ ਹੋ ਜਾਊਗਾ ਕੋਈ ਐਕਸਪਰਟ ਪਿਛੇ 9 ਸਾਲਾਂ ਦਾ ਆਕਲਨ ਕਰੇ ਤਾਂ 9 ਸਾਲ ਭਾਰਤ ਵਿੱਚ ਨਾ ਨਿਰਮਾਣ ਅਤੇ ਗਰੀਬ ਕਲਿਆਣ ਹੀ ਰਿਹਾ ਹੈ ਉਹਨਾਂ ਕਹਾਂਗੇ ਸਾਡੀ ਨਿਸ਼ਟਾ ਤੇ ਪ੍ਰੇਨਾ ਇੱਕ ਇੱਕ ਦੇਸ਼ ਅਤੇ ਔਰ ਦੇਸ਼ ਦਾ ਲੋਕਾਂ ਦਾ ਵਿਕਾਸ ਹੈ ਅੱਜ ਨਵੀਂ ਇਮਾਰਤ ਦੇ ਨਿਰਮਾਣ ਦਾ ਗਰਵ ਹੈ ਤੇ ਗਰੀਬਾਂ ਨੂੰ 4 ਕਰੋੜ ਘਰ ਬਣਾਉਂਦਾ ਵੀ ਸੰਤੋਸ਼ ਅਤੇ 11 ਕਰੋੜ ਜਿਹੜੇ ਪਖਾਨੇ ਨੇ ਉਹ ਬਣਾਉਂਦਾ ਵੀ ਭਾਰਤ ਸਰਕਾਰ ਨੂੰ ਗਰਵ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਸੰਤੋਸ਼ ਹੈ ਕਿ ਪਿੰਡਾਂ ਵਿੱਚ ਇੱਕ ਦੂਜੇ ਨੂੰ ਲਿੰਕ ਸੜਕਾਂ ਨਾਲ ਜੋੜਨੇ 4 ਲੱਖ ਕਿਲੋਮੀਟਰ ਤੋਂ ਜ਼ਿਆਦਾ ਸੜਕਾਂ ਬਣੀਆਂ ਨੇ ਪਾਣੀ ਦੀ ਇੱਕ ਇੱਕ ਜਿਹੜੀ ਬੂੰਦ ਆ ਉਬਚੌਲ ਲਈ 50000 ਤੋਂ ਜ਼ਿਆਦਾ ਅਮਰਤ ਸਰੋਵਰ ਬਣਾਏਗੇ ਨੇ ਤੇ ਮੈਨੂੰ ਇਹ ਵੀ ਸੰਤੁਸ਼ਟੀ ਆ ਕਿ ਦੇਸ਼ ਵਿੱਚ 30000 ਤੋਂ ਜ਼ਿਆਦਾ ਨਵੇਂ ਪੰਚਾਇਤ ਭਵਨ ਹੀ ਬਣਾਏ ਨੇ ਜਾਨੀ ਪੰਚਾਇਤ ਤੋਂ ਲੈ ਕੇ ਸੰਸਦ ਭਵਨ ਤੱਕ ਸਾਡਾ ਇੱਕੋ ਹੀ ਮਕਸਦ ਹੈ ਪ੍ਰੇਰਣਾ ਹੈ ਦੇਸ਼ ਅਤੇ ਦੇਸ਼ ਦੇ ਲੋਕਾਂ ਦਾ ਵਿਕਾਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਗਏ 15 ਅਗਸਤ ਨੂੰ ਲਾਲ ਕਿਲੇ ਵਿੱਚ ਉਹਨਾਂ ਕਿਹਾ ਸੀ ਕਿ ਇੱਕ ਸਮਾ ਸਹੀ ਹੈ ਤੇ ਹਰ ਦੇਸ਼ ਦੇ ਇਤਿਹਾਸ ਵਿੱਚ ਐਸਾ ਸਮਾਂ ਆਉਂਦਾ ਜਦ ਦੇਸ਼ ਦੀ ਚੇਤਨਾ ਨਵੇਂ ਸਿਰੇ ਤੋਂ ਜਾਗਰਿਤ ਹੁੰਦੀ ਹੈ ਭਾਰਤ ਨੇ ਆਜ਼ਾਦੀ ਦੇ 25 ਸਾਲ ਪਹਿਲਾਂ ਅਜਿਹਾ ਹੀ ਸਮਾਂ ਆਇਆ ਸੀ ਗਾਂਧੀ ਜੀ ਦੇ ਅਸੂਗ ਅਦੋਲਨ ਅਤੇ ਪੂਰੇ ਦੇਸ਼ ਵਿੱਚ ਵਿਸ਼ਵਾਸ ਭਰ ਦਿੱਤਾ ਸੀ ਉਹਨਾਂ ਨੇ ਸਵਰਾਜ ਦੇ ਸੰਕਲਪ ਤੇ ਹਰ ਭਾਰਤੀ ਵਾਸੀ ਨੂੰ ਜੋੜ ਦਿੱਤਾ ਸੀ ਉਹ ਦੌਰ ਸੀ ਜਦੋਂ ਹਰ ਭਾਰਤੀ ਆਜ਼ਾਦੀ ਲਈ ਜੀਣ ਜਾਨ ਨਾਲ ਜੁਟ ਗਿਆ ਸੀ ਤੇ ਇਸ ਦਾ ਨਤੀਜਾ ਸਾਨੂੰ 1947 ਵਿੱਚ ਭਾਰਤ ਦੀ ਆਜ਼ਾਦੀ ਦੇ ਤੌਰ ਤੇ ਦੇਖਣ ਨੂੰ ਮਿਲੀ ਆਜ਼ਾਦੀ ਦਾ ਅੰਮ੍ਰਿਤਕਾਲ ਵੀ ਇਤਿਹਾਸ ਦਾ ਇੱਕ ਪੜਾਅ ਜਦੋਂ ਦੇਸ਼ ਦੇ ਨਵੇਂ ਸੰਸਦ ਭਵਨ ਦਾ ਉਦਘਾਟਨ ਹੋ ਰਿਹਾ ਸੀ ਉੱਥੇ ਹੀ 20 ਦੇ ਕਰੀਬ ਜਿਹੀਆਂ ਪਾਰਟੀਆਂ ਨੇ ਵੀ ਵਿਰੋਧ ਆਪਣਾ ਜਾਰੀ ਰੱਖਿਆ ਜਦਕਿ ਬਹੁਤ ਸਾਰੀਆਂ ਪਾਰਟੀਆਂ ਨੇ ਪਰ ਸਰਕਾਰ ਦਾ ਸੱਦਾ ਪ੍ਰਵਾਨ ਕੀਤਾ ਤੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੱਲੋਂ ਨਵੀਂ ਸੰਸਦ ਦਾ ਉਦਘਾਟਨ ਕਰਨ ਉਪਰੰਤ ਉਹ ਭਾਜਪਾ ਦੇ ਹੈੱਡਕੁਆਰਟਰ ਪਹੁੰਚੇ ਜਿੱਥੇ ਉਹਨਾਂ ਨੇ ਭਾਜਪਾ ਦੀ ਅਗਵਾਈ ਵਾਲੀਆਂ ਸੂਬਾ ਸਰਕਾਰਾਂ ਦੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਇਹ ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਵੀਂ ਸੰਸਦ ਉਦਘਾਟਨ ਸਮਾਰੋਹ ਤੋਂ ਬਾਅਦ ਹੀ ਪਾਰਟੀ ਆਫਿਸ ਪਹੁੰਚੇ ਸੀ ਦੋਸਤੋ ਬਾਅਦ ਉਹਨਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਬੀਜੇਪੀ ਦਿਗਵਾਈ ਵਾਲੀਆਂ ਸੂਬਾ ਸਰਕਾਰਾਂ ਦੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਇਸ ਤੋਂ ਇਲਾਵਾ ਮੀਟਿੰਗ ਦੌਰਾਨ ਮੁੱਖ ਮੰਤਰੀਆਂ ਨੇ ਸੂਬੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੀ ਵੀ ਰਿਪੋਰਟ ਪ੍ਰਾਈਮ ਮਿਨਿਸਟਰ ਨੂੰ ਦਿੱਤੀ ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਿਸ਼ਾ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਵੀ ਸ਼ਾਮਲ ਹੋਏ ਉੱਥੇ ਹੀ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਉੱਤਰਾਖੰਡ ਦੇ ਮੁੱਖ ਮੰਤਰੀ ਦਾਮੀ ਗੁਜਰਾਤ ਦੇ ਮੁੱਖ ਮੰਤਰੀ ਭពਿੰਦਰ ਪਟੇਲ ਨਾਗaland ਦੇ ਡਿਪਟੀ ਸੀਐਮ ਪੈਟਰਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੋਹਾਨ ਵੀ ਪਹੁੰਚ ਚੁਕੇ ਸਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਸਪਤਾਲ ਦੇ ਵਿੱਚ ਭਰਤੀ ਆਮ ਆਦਮੀ ਪਾਰਟੀ ਦੇ ਨੇਤਾ ਤੇ ਸਾਬਕਾ ਸਿਹਤ ਮੰਤਰੀ ਸਤਿੰਦਰ ਜੈਨ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦਾ ਹਾਲਚਲ ਪੁੱਛਿਆ ਅਰਵਿੰਦ ਕੇਜਰੀਵਾਲ ਨੇ ਸਤਿੰਦਰ ਜੈਨ ਨੂੰ ਜੱਫੀ ਪਾਉਂਦੇ ਹੋਏ ਕਿਹਿਆ ਜਿਸ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਰ ਬਾਅਦ ਚ ਅਰਵਿੰਦ ਕੇਜਰੀਵਾਲ ਨੇ ਤਸਵੀਰਾਂ ਆਪਣੇ ਟਵਿੱਟਰ ਅਕਾਊਂਟ ਤੋਂ ਵੀ ਸ਼ੇਅਰ ਕੀਤੀਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਸਵੀਰਾਂ ਦੇ ਨਾਲ ਕੈਪਸ਼ਨ ਲਿਖਿਆ ਬਹਾਦਰ ਆਦਮੀ سے ਮਿਲੇ ਹੀਰੋ ਆਮ ਆਦਮੀ ਪਾਰਟੀ ਦੇ ਨੇਤਾ ਤੇ ਸਾਬਕਾ ਮੁੱਖ ਦਿੱਲੀ ਦੇ ਜਿਹੜੇ ਸਿਹਤ ਮੰਤਰੀ ਨੇ ਸਤਿੰਦਰ ਜੈਨ ਉਹਨਾਂ ਦਾ ਜਿਹੜਾ ਇਲਾਜ ਹੁਣ ਲੋਕਨਾਇਕ ਹਸਪਤਾਲ ਵਿੱਚ ਚੱਲ ਰਿਹਾ 25 ਮਈ ਦੀ ਸਵੇਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਸਤਿੰਦਰ ਜੈਨ ਦੀ ਤਹਾੜ ਜੇਲ੍ਹ ਦੇ ਵਿੱਚ ਵਾਸ਼ਰੂਮ ਦੇ ਵਿੱਚ ਡਿਗਨ ਨਾਲ ਉਹ ਜ਼ਖਮੀ ਹੋ ਗਏ ਸੀ ਬਾਦ ਚੋਨਾ ਦਿਨ ਦਿਵਾਲ ਉਪਾਧਿਆ ਹਸਪਤਾਲ ਵਿੱਚ ਪਹੁੰਚ ਕਰਵਾਇਆ ਗਿਆ ਦੁਪਹਿਰ ਦੇ ਕਰੀਬ 12 ਵਜੇ ਉਹਨਾਂ ਦੀ ਜਿਹੜੀ ਸਿਹਤ ਹੋਰ ਵਿਗੜ ਚੁੱਕ ਗਈ ਉਸ ਤੋਂ ਬਾਅਦ ਉਹਨਾਂ ਨੂੰ ਲੋਕ ਨਾਇਕ ਚੈ ਪ੍ਰਕਾਸ਼ ਨਰੈਣ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਤੇ ਹੁਣ ਆਕਸੀਜਨ ਸਪੋਰਟ ਤੇ ਉਹਨਾਂ ਰੱਖਿਆ ਗਿਆ ਇਸ ਤੋਂ ਪਹਿਲਾਂ 22 ਮਈ ਨੂੰ ਉਹਨਾਂ ਨੇ ਦਿੱਲੀ ਦੇ ਹੀ ਸਫਦਰਗੰਜ ਹਸਪਤਾਲ ਵਿੱਚ ਲਜਾਇਆ ਗਿਆ ਉਹਨਾਂ ਦੀ ਰੀਡ ਦੀ ਹੱਡੀ ਦੇ ਵਿੱਚ ਪਰੇਸ਼ਾਨੀ ਆਈ 20 ਮਈ ਨੂੰ ਇਸ ਪਰੇਸ਼ਾਨੀ ਚਲਦਿਆਂ ਉਹ ਉਹਨਾਂ ਨੂੰ ਦੀਨਦਿਆਲ ਹਸਪਤਾਲ ਵਿੱਚ ਲੈ ਕੇ ਗਏ ਸੀ ਨਿਊਜ਼ ਏਜੰਸੀ ਮੁਤਾਬਕ ਇਸ ਮਾਮਲੇ ਦੇ ਵਿੱਚ ਵਾਕਫ ਲੋਕਾਂ ਦੇ ਹਵਾਲੇ ਦੱਸਿਆ ਗਿਆ ਕਿ ਸਿਰ ਵਿੱਚ ਝੂਟ ਲੱਗਣ ਕਾਰਨ ਖੂਨ ਜਿਹੜਾ ਉਹ ਵਹਿ ਗਿਆ ਸੀ ਹਾਲਾਂਕਿ ਉਹਨਾਂ ਦੀ ਜਿਹੜੀ ਹਾਲਤ ਆ ਉਹ ਸਥਿਰ ਦੱਸੀ ਜਾ ਰਹੀ ਹੈ ਜਾਂ ਦੇ ਇਲਾਜ ਲਈ ਚਾਰ ਸਦਸਿਓ ਇੱਕ ਮੈਡੀਕਲ ਬੋਰਡ ਵੀ ਗਠਨ ਹੋ ਚੁੱਕਾ ਬੋਰਡ ਵਿੱਚ ਜਿਹੜੇ ਮੈਂਬਰ ਸ਼ਾਮਲ ਨੇ ਉਹਨਾਂ ਵਿੱਚ ਐਲ ਐਨ ਜੇਪੀ ਹਸਪਤਾਲ ਦੇ ਸੀਨੀਅਰ ਡਾਕਟਰ ਅਤੇ ਜੀਬੀ ਪੰਤ ਹਸਪਤਾਲ ਦੇ ਨਿਊਰੋਲੋਜਿਸਟ ਤੋਂ ਇਲਾਵਾ ਕ੍ਰਿਟੀਕਲ ਕੇਅਰ ਦੇ ਐਕਸਪਰਟ ਵੀ ਸ਼ਾਮਲ ਹਨ 31 ਮਈ 2022 ਨੂੰ ਈਡੀ ਨੇ ਜੈ ਐਨ ਜਿਹੜੇ ਮੰਤਰੀ ਰਹਿ ਚੁੱਕੇ ਹਨ ਮਨੀ ਲaundering ਕੇਸ ਵਿੱਚ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰੀ ਦੇ 3 ਸਾਲ ਬਾਅਦ 26 ਮਈ 2023 ਨੂੰ ਸੁਪਰੀਮ ਕੋਰਟ ਨੇ ਸਤਿੰਦਰ ਜੈ ਨੂੰ 22 ਦਿਨ ਮਤਲਬ 6 ਹਫਤਿਆਂ ਦੀ ਜ਼ਮਾਨਤ ਦਿੱਤੀ ਸੀ ਤੇ 11 ਜੁਲਾਈ ਤੱਕ ਕੋਰਟ ਤੋਂ ਉਹਨਾਂ ਨੂੰ ਅੰਤਿਮ ਰਾਤ ਮਿਲੀ ਸੀ ਅਮਦੀ ਪਾਰਟੀ ਦੇ ਨੇਤਾ ਸਤਿੰਦਰ ਜੈਨ ਨੂੰ 10 ਜੂਨ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਹੋਣਾ ਪਵੇਗਾ ਸੁਣਵਾਈ ਦੇ ਦੌਰਾਨ ਕੋਰਟ ਨੇ ਕਿਹਾ ਕਿ ਜੈਨ ਦੀ ਜਿਹੜੀ ਸਿਹਤ ਨੂੰ ਦੇਖਦੇ ਉਹਨਾਂ ਨੂੰ ਛੱਡਿਆ ਜਾਏ ਇਸ ਦੌਰਾਨ ਉਹ ਦਿੱਲੀ ਤੋਂ ਬਾਹਰ ਨਹੀਂ ਜਾਣਗੇ ਉਹਨਾਂ ਕਹੇ ਕਿ ਸਤਿੰਦਰ ਜੈਨ ਨੂੰ ਪ੍ਰਾਈਵੇਟ ਹਸਪਤਾਲ ਚਿਲਾਜ ਕਰਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਸਤਿੰਦਰ ਜੈਨ ਕਿਸੇ ਵੀ ਗਵਾ ਨੂੰ ਪ੍ਰਾਪਤ ਨਹੀਂ ਕਰੂਗਾ bail ਦੇ ਦੌਰਾਨ ਜੋ ਵੀ ਇਲਾਜ ਕੀਤਾ ਜਾਊਗਾ ਉਸ ਦੇ ਜਿਹੜੇ ਦਸਤਾਵੇਜ਼ ਨੇ ਉਹ ਅਦਾਲਤ ਨੂੰ ਸੌਂਪੜੇ ਪਹਿਣਗੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ 24 ਅਗਸਤ 2017 ਨੂੰ CBI ਦੀ ਤਰਫ ਤੋਂ ਦਰਜ ਕੀਤੀ ਗਈ FIR ਦੇ ਆਧਾਰ ਤੇ ਹੀ ਜੈਨ ਦੇ ਖਿਲਾਫ ਮਨੀ ਲਾਂਡਰਿੰਗ ਮਾਮਲੇ 'ਚ ਜਾਂਚ ਸ਼ੁਰੂ ਕੀਤੀ ਸੀ। ਸਤਿੰਦਰ ਜੈਨ ਨੇ 24 ਫਰਵਰੀ 2015 ਤੋਂ ਲੈ ਕੇ 31 ਮਈ 2017 ਤੱਕ ਲੋਕਾਂ ਦੇ ਨਾਮ ਤੇ ਜਿਹੜੀਆਂ ਕਈ ਜਿਹੜੀਆਂ ਜਾਇਦਾਦ ਖਰੀਦੀਆਂ ਸੀ ਜਿਸ ਦਾ ਉਹ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਸਕੇ ਸੀ ਉਹਨਾਂ ਨੇ ਨਾਲ ਪੂਨਮ ਜੈਨ, ਅਜੀਤ ਪ੍ਰਸ਼ਾਦ ਜੈਨ ਸਨੀਲ ਕੁਮਾਰ ਜੈਨ ਵੈਬ ਜੈਨ ਅਤੇ ਅੰਕੁਸ਼ ਜੈਨ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਭਾਰਤ ਦੇ ਉਹ ਖਿਡਾਰੇ ਜਿਨ੍ਹਾਂ ਨੇ 올림픽 ਖੇਡਾਂ ਵਿੱਚ ਮੈਡਲ ਜਿੱਤੇ ਨੇ ਉਹ ਜਿਹੜੇ ਰੈਸਲਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਉਹਦੇ ਖਿਲਾਫ ਜਿਹੜੇ ਜੈਂਸੀ ਸੋਚਨ ਦੇ ਮਾਮਲੇ ਉਹਨਾਂ ਦੀ ਗ੍ਰਿਫਤਾਰੀ ਲੈ ਕੇ ਅੱਜ ਉਹਨਾਂ ਨੇ ਨਵੇਂ ਸੰਸਦ ਭਵਨ ਦਾ ਘਰਾਉ ਕਰਨ ਜਾਣਾ ਸੀ ਜਿਸ ਸੰਸਦ ਭਵਨ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤਾ ਹੈ ਇਸ ਦ੍ਰਾਹਣ ਉਹਨਾਂ ਨੇ ਬੈਰੀਗੇਡ ਸੱਪਨ ਦੀ ਕੋਸ਼ਿਸ਼ ਕੀਤੀ ਗਈ ਉਹ ਕੋਸ਼ਿਸ਼ ਕਰਕੇ ਨਵੀਂ ਸੰਸਦ ਭਵਨ ਵੱਲ ਵਧਣਾ ਚਾਹੁੰਦੇ ਸੀ ਲੇਕਿਨ ਇਸ ਦ੍ਰਾਹਣ ਉਹਨਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚ ਬਜਰੰਗ ਪੂਨੀਆ ਵਿਨੇਸ਼ ਫੁਗਾਟ ਸੰਗੀਤਾ ਫੁਗਾਟ ਅਤੇ ਸਾਖਸ਼ੀ ਮਲਕ ਸ਼ਾਮਲ ਸਨ ਇਹਨਾਂ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜੰਤਰ ਮੰਤਰ ਵਿੱਚ ਪਹਿਲਵਾਨਾਂ ਦੇ ਜਿਹੜੇ ਟੈਂਟ ਨੇ ਉਹ ਵੀ ਪੁੱਟ ਦਿੱਤੇ ਗਏ ਨੇ ਸੰਸਦੀ ਨਵੀਂ ਬਿਲਡਿੰਗ ਦੇ ਸਾਹਮਣੇ ਪੁਲਿਸ ਹੱਥੇ ਧਰਨਾ ਦੇ ਰਹੇ ਪਹਿਲਵਾਨਾਂ ਦੇ ਵਿੱਚ ਤਕੀ ਝੜਪੋਈ ਪਹਿਲਵਾਨ ਬੈਰੀਗੇਡ ਟੱਪ ਕੇ ਨਵੀਂ ਸੰਸਦ ਭਵਨ ਵੱਲ ਜਾ ਰਹੇ ਸਨ ਜਾਂਦੇ ਕੋਸ਼ਿਸ਼ ਕਰ ਰਹੇ ਸਨ ਪੁਲਿਸ ਨੇ ਉਹਨਾਂ ਨੂੰ ਰੋਕਿਆ ਅਤੇ ਬਜਰੰਗ ਪੁੰਨੀਆਂ, ਵਿਨੇਸ਼ ਫੁਗੜ, ਸੀਤਾ ਫੁਗੜ, ਸਾਖੀ ਮਲਕ ਸਮੇਤ ਕਈ ਖਿਡਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਇਸ ਤੋਂ ਬਾਅਦ ਪੁਲਿਸ ਨੇ ਧਰਨਾ ਸਥਾਨ ਜਿਹੜਾ ਜੰਤਰ ਮੰਤਰ ਉਹਦੇ ਉੱਤੇ ਜਿਹੜੇ ਟੈਂਟ ਲੱਗੇ ਸੀ, ਕੁਰਸੀਆਂ ਤੇ ਸਾਰਾ ਸਮਾਨ ਹਟਾ ਕੇ 4 ਵਜੇ ਦੇ ਕਰੀਬ ਉਹ ਸਾਰਾ ਸਟਾਫ ਜਿਹੜਾ ਜਿੱਥੇ ਪਹਿਲਵਾਨ ਧਰਨਾ ਦੇ ਰਿਸੀ ਸਥਾਨ ਖਾਲੀ ਕਰ ਦਿੱਤਾ ਗਿਆ ਵਿਨੇਸ਼ ਅਤੇ ਸੁਵਿਧਾ ਫੁਗਾੜ ਨੂੰ ਦਿੱਲੀ ਦੇ ਕਾਲਕਾਜੀ ਥਾਣੇ ਵਿੱਚ ਲਜਾਇਆ ਗਿਆ ਦਰਅਸਲ ਚਮਤੀ ਦੇਨ ਤੋਂ ਜੰਤਰਮੰਤਰ ਤੇ ਧਰਨਾ ਚੱਲ ਰਿਹਾ ਹੈ ਔਰ ਅੱਜ ਜਿਹੜੇ ਪਹਿਲਵਾਨ ਨੇ ਉਹ ਨਵੀਂ ਸੰਸਦ ਭਵਨ ਦੇ ਸਾਹਮਣੇ ਜਾ ਕੇ ਮਾਂ ਪੰਚਾਇਤ ਸ਼ਾਮਲ ਹੋਣ ਜਾ ਰਹੇ ਸੀ ਪਰ ਦਿੱਲੀ ਪੁਲਿਸ ਨੇ ਇਸ ਮਾਂ ਪੰਚਾਇਤ ਦੀ anumati ਨਹੀਂ ਦਿੱਤੀ ਪਹਿਲਵਾਨਾਂ ਨੇ ਇਸ ਦੇ ਬਾਵਜੂਦ ਬਾ ਪੰਚਾਇਤ ਦਾ ਆਯੋਜਨ ਕੀਤਾ ਤੇ ਸੰਸਦ ਪਵਨਵਾਲ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੇ ਗਏ ਤੇ ਪੁਲਿਸ ਦੇ ਨਾਲ ਉਹਨਾਂ ਦਾ ਟਕਰਾਅ ਹੋ ਗਿਆ ਇਸ ਦੌਰਾਨ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਕੀ ਇਹ ਲੋਕਤੰਤਰ ਹੈ ਅਸੀਂ ਸ਼ਾਂਤੀਪੂਰਕ ਪ੍ਰਦਰਸ਼ਨ ਕਰ ਰਹੇ ਹਾਂ ਸਾਡੇ ਨਾਲ ਅਜਿਹਾ ਵਿਆਰ ਕਿਉਂ ਪੇਸ਼ ਕੀਤਾ ਗਿਆ ਇਹਦੇ ਨਾਲੋਂ ਤਾਂ ਚੰਗਾ ਕਿ ਸਾਨੂੰ ਟਿਕਾਣੇ ਹੀ ਲਗਾ ਦਿਓ ਇਸ ਦਰਿਆਣ ਪੁਲਿਸ ਬਲੂ ਉਹਨਾਂ ਸਾਰਿਆਂ ਜਾਣਿਆਂ ਨੂੰ ਹਰਾਸਤ ਵਿੱਚ ਲੈ ਲੈ ਗਿਆ ਸ਼ਾਖੀ ਮਲਿਕ ਦੇ ਪੱਤੀ ਸਤਿਆਵਤਰ ਮਲਕ ਅਤੇ ਹੋਰ ਪਹਿਲਵਾਨਾਂ ਨੇ ਬੱਸ ਦੇ ਅੰਦਰ ਵੀ ਨਾਰੇਬਾਜੀ ਕੀਤੀ ਇਸੇ ਦੌਰਾਨ ਵਿਨੇਸ਼ ਅਤੇ ਸੰਗੀਤਾ ਫੁਗਾਟ ਨੂੰ ਹਿਰਾਸਤ ਤੇ ਲਿਆ ਗਾ ਉਹਨਾਂ ਦੀ ਜਿਹੜੀ ਮਹਿਲਾ ਪੁਲਿਸ ਕਰਮਚਾਰੀਆਂ ਦੇ ਨਾਲ ਕਾਫੀ ਤਕਾਬੂਕੀ ਹੋਈ ਜਦੋਂ ਪੁਲਿਸ ਨੇ ਵਿਨੇਸ਼ ਅਤੇ ਸੰਗੀਤਾ ਫੁਗਾਟ ਨੂੰ ਬੱਸ ਵਿੱਚ ਬਿਠਾ ਕੇ ਲੈ ਕੇ ਜਾ ਰਹੇ ਸਨ ਤਾਂ ਤਦ ਇਨਾਂ ਨੇ মিডিਆ ਦੇ ਨਾਲ ਗੱਲਬਾਤ ਕਰਦੇ ਆ ਕਿ ਨયા ਦੇਸ਼ ਸਾਰਿਆਂ ਨੂੰ ਮੁਬਾਰਕ ਹੋਵੇ ਮਾ ਪੰਚਾਇਤ ਵਿੱਚ ਹਰਿਆਣਾ ਯੂਪੀ ਅਤੇ ਪੰਜਾਬ ਸਮੇਤ ਕਈ ਰਾਜਾਂ ਤੋਂ ਭਾਰੀ ਗਿਣਤੀ ਵਿੱਚ ਕਿਸਾਨਾਂ ਦੀ ਪਹੁੰਚਣ ਦੀ ਉਮੀਦ ਸੀ ਉਹਦੇ ਚੱਲਦਿਆਂ ਦਿੱਲੀ ਪੁਲਿਸ ਨੇ ਹੀ ਉਹਨਾਂ ਨੂੰ ਸਿੰਘੂ ਅਤੇ ਟਿਕਰੀ ਬਾਰਡਰ ਵਿੱਚ ਬੈਰੀਕੇਡਸ ਲਾ ਕੇ ਰੋਕ ਦਿੱਤਾ ਸੀ ਦਿੱਲੀ ਵਿੱਚ ਕੇਂਦਰੀ ਜਿਹੜਾ ਸਕੱਤਰੇਤ ਅਤੇ ਅਦਜੋਗ ਭਵਨ ਮੈਟਰੋ ਸਟੇਸ਼ਨਾਂ ਤੇ ਵੀ ਜਿਹੜੀ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਗਏ ਸੀ ਹਰਿਆਣਾ ਵਿੱਚ ਸੋਨੀਪੱਤ ਦੇ ਨੇੜੇ ਸਿੰਘੂ ਬਾਰਡਰ ਤੇ ਹੀ ਜਿਹੜੀ ਇੱਕ ਸਕੂਲ ਨੂੰ ਟੈਂਪਰੇਰੀ ਤੌਰ ਤੇ ਜੇਲ ਬਣਾ ਦਿੱਤਾ ਗਿਆ ਸੀ ਹਰਿਆਣਾ ਪੁਲਿਸ ਨੇ ਸਵੇਰੇ ਹੀ हिसार ਸੋਨੀਪੱਤ ਪਾਣੀਪਾਤ ਰੋहतक ਜੀਂਦ ਤੇ ਅੰਬਾਲਾ ਵਿੱਚ ਖਾ ਪੰਚਾਇਤਾਂ ਦੇ ਪ੍ਰਤੀਨਿਧੀ ਅਤੇ ਕਿਸਾਨ ਲੀਡਰਾਂ ਨੂੰ ਹਰਾਸਤ ਵਿੱਚ ਲੈ ਲਿਆ ਸੀ ਹਰਿਆਣਾ ਵਿੱਚ ਸਾਰੇ ਟੋਲ ਪਲਾਜ਼ਾਂ ਤੇ ਪੁਲਿਸ ਤਨਾਤ ਕਰ ਦਿੱਤੀ ਗਈ ਸੀ ਮਾਨ ਪੰਚਾਇਤ ਦੇ ਦਿੱਲੀ ਜਾਣ ਵਾਲੇ ਜਿਹੜੇ ਲੋਕ ਸੀ ਉਹਨਾਂ ਨੂੰ ਹਰਾਸਤ ਵਿੱਚ ਲੈ ਲਿਆ ਗਿਆ ਸੀ ਹਰਿਆਣਾ ਜੁਪੀ ਪੰਜਾਬ ਸਮੇਤ ਪੰਜ ਰਾਜਾਂ ਤੋਂ ਕਿਸਾਨ ਆਉਣ ਵਾਲੇ ਸਨ ਮਹਲਾ ਮਾਂ ਪੰਚਾਇਤ ਵਿੱਚ ਦਿੱਲੀ ਵਿੱਚ ਨਵੇਂ ਸੰਸਦ ਭਾਵਾਂ ਦੇ ਬਾਹਰ ਮਾਂ ਪੰਚਾਇਤ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਪੂਸ਼ਨ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਹੋਣੀ ਸੀ ਬ੍ਰਿਜਪੂਸ਼ਨ ਦੀ ਗ੍ਰਿਫਤਾਰੀ ਲਈ ਪਹਿਲਵਾਨ ਮਨੀਸ਼ ਵਿਗਾਰਦ ਬજરੰਗ ਪੂਨੀਆ ਸਾਖਸ਼ੀ ਮਲਕ ਦੀ ਅਗਵਾਈ ਚ ਜੰਤਰ ਮੰਤਰ ਤੇ 23 April ਤੋਂ ਧਰਨਾ ਚੱਲ ਰਿਹਾ ਦੇ ਮਾ ਪੰਚਾਇਤ ਵਿੱਚ ਹਰਿਆਣਾ ਤੋਂ ਇਲਾਵਾ ਉੱਪੀ ਰਾਜਸਥਾਨ ਉੱਤਰਾਖੰਡ ਪੰਜਾਬ ਅਤੇ ਦਿੱਲੀ ਦੀਆਂ ਖਾ ਪੰਚਾਇਤਾਂ ਤੇ ਲੋਕਾਂ ਤੇ ਕਿਸਾਨਾਂ ਨੇ ਸ਼ਾਮਲ ਹੋਣਾ ਸੀ ਪੰਜਾਬ ਦੇ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਨੇ ਬਿਲੀ ਬੋਰਡ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਤੇ ਤੁਰੰਤ ਕਾਰਵਾਈ ਕਰਦਿਆਂ ਵਿਭਾਗ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਤੋਂ ਵਸੂਲੀ ਰੋਕਣ ਦੇ ਹੁਕਮ ਦਿੱਤੇ ਨੇ ਬਿਜਲੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਦੀ ਅਗਵਾਈ ਹੇਠ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਜਲਦ ਤੋਂ ਜਲਦ ਹੱਲ ਕਰ ਲਈ ਵਚਨਬੱਧ ਹੈ ਉਨ੍ਹਾਂ ਕਾ ਕੇ ਸੀਆਰਏ 29319 29419 29519 ਅਤੇ 29619 ਦੇ ਤਹਿਤ ਜੁਲਾਈ 17 220 ਤੋਂ ਬਾਅਦ ਭਰਤੀ ਨਿਯੁਕਤੀਆਂ ਕਰਮਚਾਰੀਨਾਂ ਤਨਖਾਹਾਂ ਦਾ ਮੁੱਦਾ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਵਿਭਾਗ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ 'ਚੋਂ ਰਿਕਵਰੀ ਨੂੰ ਰੋਕਣ ਦੇ ਨਿਰਦੇਸ਼ ਜਾਰੀ ਕੀਤੇ ਹਨ ਬਿਜਲੀ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ CRA 29319 29419 29519 29619 ਤਹਿਤ ਜੁਲਾਈ 17 2020 ਤੋਂ ਬਾਅਦ ਭਰਤੀ ਨਿਯੁਕਤ ਕਰਮਚਾਰੀਆਂ ਤਨਖਾਹ ਜਾਰੀ ਕਰਨ ਸੰਬੰਧਿਤ ਹੁਕਮ ਜਾਰੀ ਕੀਤੇ ਨੇ ਉਕਤ CRA ਅਧੀਨ 17 ਜੁਲਾਈ 2020 ਤੋਂ ਬਾਅਦ ਭਰਤੀ ਨਿਯੁਕਤੀਆਂ ਕਰਮਚਾਰੀਆਂ ਤਨਖਾਹ ਨਾਲ ਸੰਬੰਧਿਤ ਮੁੱਦਿਆਂ ਬਾਰੇ ਪੰਜਾਬ ਸਰਕਾਰ ਤੋਂ ਲੋੜੀਂਦੇ ਨਿਰਦੇਸ਼ ਪ੍ਰਾਪਤ ਹੋਣ ਤੱਕ ਫਿਲਹਾਲ ਉਹਨਾਂ ਦੀਆਂ ਤਨਖਾਹਾਂ ਤੋਂ ਵਸੂਲੀ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਨੇ ਜੋ ਪਹਿਲਾਂ 7ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਘੱਟੋ ਘੱਟ ਜੋਗ ਤਨਖਾਹ ਪ੍ਰਾਪਤ ਕਰ ਰਹੇ ਸਨ ਪਰ ਮੀਮੋ ਨੰਬਰ 14775 ਅਬਲੀਕ 15175 ਮਿਤੀ 24 ਮਈ 2022 ਰਾਈ ਜਾਰੀ ਹਦਾਇਤਾਂ ਤੋਂ ਬਾਅਦ ਉਹਨਾਂ ਨੂੰ ਘੱਟੋ ਘੱਟ ਪੇ ਬੈਂਡ डीसी रेट ਮਿਲ ਰਿਹਾ ਹੈ ਪੰਜਾਬ ਇਜਿਲੀਅੰਸ ਬਿਊਰੋ ਨੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵਿੱਡੀ ਭ੍ਰਿਸ਼ਟਾਚਾਰ ਵਿਰੁੱਧ ਮਹਿੰਮ ਦੌਰਾਨ ਜਿਕਰਯੋਗ ਪ੍ਰਾਪਤੀਆਂ ਕੀਤੀਆਂ 23 ਮਾਰਚ 2022 ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸਲਾਈਨ ਉੱਪਰ ਲੜਿੰਦੇ ਸਬੂਤਾਂ ਸਮੇਤ ਕੁੱਲ 7939 ਸ਼ਿਕਾਇਤਾਂ ਪ੍ਰਾਪਤ ਹੋਈਆਂ ਸੰਜੋਗ ਕੇ ਮੁੱਖ ਮੰਤਰੀ ਦੀ ਮਾਂ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਦੀ ਪਾਰ ਤਰਜ਼ਤਾ ਅਤੇ ਜਨਤਕ ਪ੍ਰਸ਼ਾਸਨ ਵਿੱਚ ਜਵਾਬਦੇਹ ਨੂੰ ਉਤਸ਼ਾਹਤ ਕਰਨ ਲਈ ਅਟਲ ਵਚਨਬੱਜਤਾ ਨੂੰ ਦਰਸਾਉਂਦੀ ਹੈ ਇਹ ਖੁਲਾਸਾ ਕਰਦੇ ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਬਲਾਰੇ ਨੇ ਦੱਸਿਆ ਕਿ ਬਿਊਰੋ ਰਾਜ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਪ੍ਰਤੀ ਆਪਣੇ ਮਿਸ਼ਨ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਦੇ ਕਿਸੇ ਵੀ ਮਾਮਲੇ ਦੀ ਰਿਪੋਰਟ ਕਰਨ ਲਈ ਉਕਤ ਐਕਸ਼ਨ ਲਾਈਨ ਨੰਬਰ 9501200200 ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੀ ਹੈ ਉਨਾ ਕਿਹਾ ਕਿ ਨਾਗਰਿਕ ਪੱਖੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਪਰਫਾਰਮੈਂਸ ਤੇ ਕੋਈ ਵੀ ਵਿਅਕਤੀ ਰਿਸ਼ਵਤਖੋਰੀ ਦੀ ਮੰਗ ਬਾਰੇ ਲੋਡਿੰਗ ਦੇ ਆਡੀਓ ਤੇ ਵੀਡੀਓ ਰਿਕਾਰਡਿੰਗ ਦੇ ਨਾਲ 24 ਘੰਟੇ 7 ਦਿਨ ਸ਼ਿਕਾਇਤਾਂ ਦਰਜ ਕਰਵਾ ਸਕਦਾ ਬੁਲਾਰੇ ਨੇ ਦੱਸਿਆ ਕਿ ਕੁਸ਼ਲ ਪ੍ਰਕਿਆਰਿਆਂ ਯਕੀਨੀ ਬਣਾਉਣ ਫਜ਼ੂਲ ਐਂਟਰੀਆਂ ਸਪੈਮ ਜੰਕ ਪੋਸਟਾਂ ਅਤੇ ਪ੍ਰਸ਼ਟਾਚਾਰਨਲ ਗੈਰ ਸਬੰਧਤ ਐਂਟਰੀਆਂ ਦੀ ਪੁਨਸ਼ਾਨ ਲਈ ਇਸ ਵੈਬ ਪੋਰਟਲ ਤੇ ਇੱਕ ਆਟੋਮੈਟਿਕ ਕਬੂਟ ਪ੍ਰਾਪਤ ਕੀਤਾ ਹੈ ਨਤੀਜੇ ਵਜੋਂ ਕੁੱਲ 4233 ਇਦਰਾਜਾਂ ਵਿੱਚੋਂ 39050 ਐਂਟਰੀਆਂ ਦੀ ਪਛਾਣ ਆ ਪ੍ਰਸੰਗਿਕ ਜਾਂ ਕਬਾੜ ਪੋਸਟਾਂ ਅਤੇ ਭ੍ਰਿਸ਼ਟਾਚਾਰ ਕੋਈ ਵੀ ਸਬੰਧ ਨਾ ਹੋਣ ਬਾਰੇ ਵਰਗੀਕਿਤ ਵੰਡ ਕਰਦੇ ਹਨ ਉਹਨਾਂ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ ਇਸ ਪੈਲ ਕਦਮੀ ਦਾ ਉਦੇਸ਼ ਉਹ ਲੜੀਂਦੇ ਸਰੋਤ ਸਿਰਫ ਕਾਰਵਾਈਯੋਗ ਸ਼ਿਕਾਇਤਾਂ ਦੇ ਧਿਆਨ ਕੇਂਦਰਿਤ ਕਰਨਾ ਹੈ ਜੋ ਭ੍ਰਿਸ਼ਟਾਚਾਰ ਵਿਰੁੱਧ ਪ੍ਰਭਾਵਸ਼ਾਲੀ ਟੰਗ ਢੰਗ ਨਾਲ ਮੁਕਾਬਲਾ ਕਰਨ ਵਿੱਚ ਯੋਗਦਾਨ ਪਾਉਂਦੇ ਹਨ ਹੋਰ ਵੀਰਵਿਆ ਦਿਨਾਂ ਨੇ ਦੱਸਿਆ ਕਿ ਬਾਕੀ ਬਚੀਆਂ 12083 ਸ਼ਿਕਾਇਤਾਂ ਇਹ ਰਿਜਾਜਾਂ ਦਾ ਡੁਗਾਈ ਨਾਲ ਬੁਲੰਕਣ ਕਰਨ ਤੋਂ ਪਤਾ ਲੱਗਿਆ ਕਿ 4143 ਸ਼ਿਕਾਇਤਾਂ ਦਾ ਪ੍ਰਸਟਾ ਚਾਰ ਨਾਲ ਕੋਈ ਸਬੰਧ ਨਹੀਂ ਸੀ ਬੁਲਾਰੇ ਨੇ ਅੱਗੇ ਕਿਹਾ ਕਿ ਕਾਰਵਾਈਯੋਗ ਸ਼ਿਕਾਇਤਾਂ ਵਿੱਚੋਂ ਵਿਜੀਲੈਂਸ ਬਿਊਰੋ ਨੇ ਸ਼ਿਕਾਇਤਕਰਤਾਵਾਂ ਦੁਆਰਾ ਕੀਤੇ ਗਏ ਦਾਅਵਿਆਂ ਦੀ ਪੁਸ਼ਟੀ ਲਈ ਆਡੀਓ ਵੀਡੀਓ ਰਿਕਾਰਡਰਾਂ ਦੇ ਨਾਲ ਨਾਲ ਬੱਚਿਆਂ ਕੋਲ 7939 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ ਇਨ੍ਹਾਂ ਸ਼ਿਕਾਇਤਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਹੈ ਅਤੇ ਉਹਨਾਂ ਵਿੱਚੋਂ 3401 ਸ਼ਿਕਾਇਤਾਂ ਹੋਰ ਵਿਭਾਗ ਨਾਲ ਸਬੰਧਤ ਪਾਈਆਂ ਗਈਆਂ ਸਨ ਜੋ ਕਿ ਸਬੰਧਤ ਵਿਭਾਗਾਂ ਨੂੰ ਵਿਚਾਰਨ ਤੇ ਬੰਦੀ ਕਾਰਵਾਈ ਲਈ ਭੇਜ ਜੀ ਗਣ ਬਲਾਰਿੰਦ ਦੇ ਸੇ ਕਿ ਬਾਕੀ ਬੱਚੀਆਂ 394 ਸ਼ਿਕਾਇਤਾਂ ਜੋ ਆਡੀਓ ਵੀਡੀਓ ਰਿਕਾਰਡਿੰਗ ਸਬੂਤਾਂ ਨਾਲ ਸਨ ਅਤੇ ਸਿੱਧੇ ਤੌਰ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਸਬੰਧਤ ਸਨ ਇਹਨਾਂ ਸ਼ਿਕਾਇਤਾਂ ਦੀ ਵਧੇਰੇ ਜਾਂਚ ਲਈ ਵਿਜੀਲੈਂਸ ਬਿਊਰੋ ਦੇ ਰੇਂਜਾਂ ਵਿੱਚ ਸਬੰਧਤ ਸੀਨੀਅਰ ਪੁਲਿਸ ਸੁਪਰਡੈਂਟਾਂ ਐਸਐਸਪੀ ਨੂੰ ਭੇਜ ਦਿੱਤੀਆਂ ਗਈਆਂ ਤੇ ਸਖਤ ਪੜਤਾਲ ਦੇ ਨਤੀਜੇ ਵਜੋਂ ਹੁਣ ਤੱਕ ਪੜਤਾਲਾਂ ਦੇ ਨਤੀਜਿਆਂ ਦੇ ਆਧਾਰ ਤੇ ਕੁੱਲ ਕਾਸੀ ਪਹਿਲੀ ਸੂਚਨਾ ਰਿਪੋਰਟਾਂ ਐਫ ਆਈ ਆਰ ਦਰਜ ਕਰਕੇ ਇੱਕ ਸਲਾਘਾਯੋਗ ਮੀਲ ਪੱਥਰ ਸਾਬਤ ਕੀਤਾ ਹੈ ਉਹਨਾਂ ਦੱਸਿਆ ਕਿ ਇਹਨਾਂ ਪੜਤਾਲਾਂ ਦੇ ਨਤੀਜੇ ਵਜੋਂ 40 ਪੁਲਿਸ ਮੁਲਾਜ਼ਮਾਂ ਸਮੇਤ ਰਿਸ਼ਵਤ ਦੇ ਵੱਖ-ਵੱਖ ਮਾਮਲਿਆਂ ਵਿੱਚ ਸ਼ਾਮਲ 132 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ April 2022 ਤੋਂ ਵਿਡੀ ਇਸ ਪ੍ਰਸਾ ਚਾਰ ਵਿਰੋਧੀ ਮਿੰਦਰਾਂ ਪੰਜਾਬ ਜੀਐਸ ਬਿਊਰੋ ਨੇ ਸੂਬੇ ਭਰ ਵਿੱਚ ਭ੍ਰਿਸ਼ਟਾਚਾਰ ਦੇ ਕੁੱਲ 298 ਵੱਖ-ਵੱਖ ਮਾਮਲਿਆਂ ਵਿੱਚ 356 ਮੁਲਜਮਾਂ ਨੂੰ ਸਫਲਤਾਪੂਰਕ ਗ੍ਰਿਫਤਾਰ ਕੀਤਾ ਹੈ ਇਸ ਤੋਂ ਇਲਾਵਾ ਵਿਆਪਕ ਜਾਂਚ ਲਈ 152 ਵਿਜੀਲੈਂਸ ਪੜਤਾਲਾਂ ਦਰਜ ਕੀਤੀਆਂ ਹਨ ਅਤੇ 99 ਕੇਸਾਂ ਵਿੱਚ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਹੈ ਬਲਾਰੇ ਨੇ ਇਹ ਵੀ ਦੱਸਿਆ ਕਿ ਪੰਜਾਬ ਲਿਜ਼ ਬਿਊਰੋ ਨੂੰ ਆਪਣੇ ਅਧਿਕਾਰੀਆਂ ਦੁਆਰਾ ਦਿਖਾਏ ਸਮਰਪਣ ਅਤੇ ਪੇਸ਼ੇਵਰਤਾ ਉੱਤੇ ਭਰੋਸਾ ਜੋ ਜਨਤਕ ਸੇਵਾਵਾਂ ਵਿੱਚ ਇਮਾਨਦਾਰੀ ਅਤੇ ਅਖੰਡਤਾ ਦੇ ਸਿਧਾਂਤਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਤੇਜ਼ ਅਤੇ ਅਰਨਾਇਕ ਕਾਰਵਾਈ ਨੂੰ ਸਮਰਥ ਬਣਾਉਦਾ ਹੈ ਪੰਜਾਬ ਦੇ ਵਿੱਤ ਯੋਜਨਾਬੰਦੀ ਆਪਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਜੀਮਾ ਨੇ ਅੱਜ ਇੱਥੇ ਦੱਸਿਆ ਕਿ ਆਪਕਾਰੀ ਵਿਭਾਗ ਵੱਲੋਂ ਬੀਤੀ ਰਾਤ ਸ਼ਨੀਵਾਰ ਨੂੰ ਸੂਬੇ ਭਰ ਵਿੱਚ ਸ਼ਰਾਬ ਦੇ 12 ਦੀ ਚੈਕਿੰਗ ਕੀਤੀ ਗਈ ਨਾਈਟ ਸਵੀਪ ਨਾਮੀ ਵਿਆਪਕ ਆਪਰੇਸ਼ਨ ਚਲਾਇਆ ਗਿਆ ਉਹਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਟੀਮਾਂ ਵੱਲੋਂ ਰਾਤ ਦੇ ਸਮੇਂ ਮਹਾਲੀ ਜਲੰਧਰ ਅਤੇ ਅੰਮ੍ਰਿਤਸਰ ਖੇਤਰਾਂ ਦੇ ਪਬ ਬਾਰ ਅਤੇ ਰੈਸਟੋਰੈਂਟਾਂ ਵੱਲੋਂ ਵੱਖ-ਵੱਖ ਕਾਨੂੰਨਾਂ ਦੀ ਪਾਲਣਾ ਸਬੰਧੀ ਵੀ ਜਾਂਚ ਕੀਤੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਮੌਕੇ ਤੇ ਹੀ ਕਾਨੂੰਨ ਦੀਆਂ ਧਰਾਵਾਂ ਅਨੁਸਾਰ ਕਾਰਵਾਈ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਹਰਪਾਲ ਸਿੰਘ ਸੀਮਾ ਨੇ ਦੱਸਿਆ ਕਿ 12 ਪਬ ਅਤੇ ਰੈਸਟੋਰੈਂਟਾਂ ਵਿੱਚ ਹੁੱਕਾ ਪੀਣ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਇਹ ਵਿਸ਼ੇਸ਼ ਆਪਰੇਸ਼ਨ ਚਲਾਇਆ ਗਿਆ ਉਨਾ ਦੱਸਿਆ ਕਿ ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ ਅਤੇ ਆਪਕਾਰੀ ਕਮਿਸ਼ਨਰ ਵਰੁਜਮ ਦੀ ਨਿਗਰਾਨੀ ਹੇਠ ਬੀਤੀ ਰਾਤ ਨੂੰ 13 ਤੋਂ ਵੱਧ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਆ ਆਪਕਾਰੀ ਤੇ ਕਰ ਵਿਭਾਗ ਦੇ ਮੰਤਰੀ ਨੇ ਦੱਸਿਆ ਕਿ ਮਹਾਲੀ ਜ਼ਿਲ੍ਹੇ ਦੇ ਨਯਾ گاਉ ਖੇਤਰ ਵਿੱਚ ਆਈ ਲਵ ਹੌਟ ਸ਼ਾਰਟ ਨਾਮੀ ਇੱਕ ਰੈਸਟੋਰੈਂਟ ਵੱਲ ਆਪਣੇ ਗਾਹਕਾਂ ਨੂੰ ਸਿਰਫ ਚੰਡੀਗੜ੍ਹ ਖੇਤਰ ਵਿੱਚ ਹੀ ਵੇਚੀ ਜਾਣ ਸਕਣ ਵਾਲੀ ਬੀਅਰ ਦੇ ਨਾਲ ਹੁੱਕਾ ਪੀ ਨੂੰ ਦਿੱਤਾ ਜਾ ਰਿਹਾ ਸੀ ਜਿਸਨਰ ਉਹਨਾਂ ਨੂੰ ਕਾਨੂੰਨੀਆ ਵੱਖ-ਵੱਖ ਧਰਾਵਾਂ ਦੀਆਂ ਉਲੰਘਣਾ ਕਰੇ ਸਨ ਰੈਸਟੋਰੈਂਟ ਦੀ ਤਲਾਸ਼ੀ ਦੌਰਾਨ 20 ਹੁੱਕੇ ਬੀਅਰ ਦੀਆਂ 7 ਬੋਤਲਾਂ ਤਮਾਕੂ ਦੇ ਵੱਖ-ਵੱਖ ਫਲੇਵਰ ਅਤੇ 4 ਕੋਲ ਜਬਤ ਕੀਤਾ ਗਿਆ ਇਸ ਮਾਮਲੇ ਵਿੱਚ ਰੈਸਟੋਰੈਂਟ ਦੇ ਮਾਲਕਾ ਵਿਰੁੱਧ ਪੰਜਾਬ ਐਕਸਾਈਜ਼ ਐਕਟ 1914 ਸਿਗਰਟ ਐਂਡ ਅਦਰ ਤਮਾਕੂ ਪ੍ਰੋਡਕਟ ਐਕਟ 2003 ਪ੍ਰੋਵਾਈਜ਼ਨ ਐਕਟ 1919 ਅਤੇ ਭਾਰਤੀ ਦੰਡ ਵਾਲੀ 1860 ਦੀਆਂ ਵੱਖ-ਵੱਖ ਧਰਾਵਾਂ ਤਹਿਤ ਨਵਾਂ گاਉਂ ਮਹਾਲੀ ਵਿਖੇ ਪਰਚਾ ਦਰਜ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਬੈਸਟੇ ਕਮਾਲ ਸੈਕਟਰ ਛਾਰਡ ਵਿੱਚ ਬੁਰਜ ਡਬਲਯੂ ਵਾਈਟ ਹਸਪੀਟੈਲਿਟੀ ਸਕਲ ਫਰੈਂਡ ਅਤੇ ਮਾਸਕ ਲੌਂਜ ਐਂਡ ਬਾਰ ਨਾਮੀ ਤਿੰਨ ਬਾਰ ਨਿਰਧਾਰਤ ਸਮੇਂ ਤੋਂ ਬਾਅਦ ਖੁੱਲ੍ਹੇ ਪਾਏਗੇ ਨੇ ਨਤੀਜੇ ਵਜੋਂ ਇਨ੍ਹਾਂ 12 ਵਿਰੁੱਧ ਵੀ ਪੰਜਾਬ ਆਪਕਾਰੀ ਐਕਟ 1914 ਤੇ ਪੰਜਾਬ ਲਿਕਰ ਲਾਇਸੈਂਸ ਰੂਲ 1956 ਦੀਆਂ ਸੰਬੰਧਿਤ ਧਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਆਪਕਾਰੀ ਦੇ ਕਰਮੰਦੀ ਦੱਸਿਆ ਕਿ ਆਪਰੇਸ਼ਨ ਦਰਾਂਨ ਵਿਧੀ ਕਮਿਸ਼ਨਰ ਆਪਕਾਰੀ ਨਰੇਸ਼ ਦੂਬੇ ਤੇ ਏਆਈਜੀ ਆਪਕਾਰੀ ਗੁਰਜੋਤ ਸਿੰਘ ਕਲੇਰ ਸਮਿਤ ਵਿਭਾਗ ਦੇ ਦੋ ਹੋਰ ਅਧਿਕਾਰੀਆਂ ਦੇ ਨਿੱਜੀ ਤੌਰ ਤੇ ਆਪ ਕਹਿੰਦੇ ਟੀਮਾਂ ਨੇ ਅਗਵਾਈ ਕੀਤੀ ਹੋਣਾ ਦੱਸਿਆ ਕਿ ਆਪਰੇਸ਼ਨ ਵਿਦ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹਰੇਕ ਟੀਮ ਵਿੱਚ ਘੱਟੋ ਘੱਟ ਇੱਕ ਮੈਲਾ ਅਧਿਕਾਰੀ ਅਤੇ ਇੱਕ ਸਿਹਤ ਵਿਭਾਗ ਦਾ ਵੀ ਅਧਿਕਾਰੀ ਸ਼ਾਮਲ ਸੀ ਹਰਪਾਲ ਸਿੰਘ ਚਿਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੀ ਨੌਜਵਾਨ ਪੀੜੀ ਦੇ ਸੁਨਹਿਰੀ ਭਵਿੱਖ ਸੰਬੰਧੀ ਵਚਨਬੱਧ ਹੈ ਉਨਾ ਕਹੇ ਕਿ ਸੂਬਾ ਸਰਕਾਰ ਨੇ ਹਰ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀਆਂ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੀਤੀ ਪਨਾਈ ਹੈ। ਉਹਨਾਂ ਅੱਗੇ ਕਿਹਾ ਕਿ ਆਪਕਾਰੀ ਵਿਭਾਗ ਦੀ ਹੁਕਮ 12 ਅਤੇ ਇਸ ਤਰ੍ਹਾਂ ਦੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਵਿਰੁੱਧ ਮਿਹਨੂਪ ਵਿੱਚ ਹੋਰ ਤੇਜ਼ ਕੀਤਾ ਜਾਵੇਗਾ। ਉਹਨਾਂ ਨੇ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸਾਰੇ ਵਿਕਤੀਆਂ ਨੂੰ ਸਖਤ ਇਤਤਾਬ ਨਹੀਂ ਦਿੰਦਿਆਂ ਕਿਹਾ ਕਿ ਅਜਿਹੇ ਵਿਕਤੀਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ। ਫਿਲਹਾਲ ਅੱਜ ਦੇ ਬਲਟਨ ਵਿੱਚ ਖਬਰਾਂ ਇੰਨੀਆਂ ਹੀ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਦੇਖਦੇ ਰਹੋ ABC ਪੰਜਾਬ ਧੰਨਵਾਦ